ਆਪੀ ਨਾ ਮਰਵਾਇਆ ਕਰੋ, ਫੁੜਤ ਫੁੜ ਫੁੜਦੇ ਰਾਤ ਨੂੰ। ਹਾਂਜੀ ਦੋਸਤੋ, ਸਵਾਗਤ ਤੁਹਾਡਾ ਆਲ ਰਾਊਂਡਰ 855 ਚੈਨਲ 'ਤੇ। ਆਪਾਂ ਲੈ ਕੇ ਆਏ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ, ਜੋ ਕਿ ਕੱਲ੍ਹ ਕੈਨੇਡਾ ਦੇ ਵਿੱਚ ਸੋਮਵਾਰ ਨੂੰ ਕਰਵਾਇਆ ਗਿਆ ਸੀ। ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ 'ਤੇ ਲੈ ਕੇ ਆਉਂਦੇ ਹਾਂ। ਅਤੇ ਗੱਲ ਕਰਦੇ ਹਾਂ ਨਵੈਂਟਨ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਉੱਥੇ ਫਾਈਨਲ ਮੈਚ ਹੋਇਆ ਸੀ ਰਿਚਮੈਂਡ ਕਬੱਡੀ ਕਲੱਬ ਅਤੇ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ। ਇਹਦੇ ਵਿੱਚੋਂ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਫਸਟ ਅਤੇ ਰਿਚਮੈਂਡ ਕਬੱਡੀ ਕਲੱਬ ਸੈਕੰਡ। ਅੱਗੇ ਗੱਲ ਕਰਦੇ ਬੈਸਟ ਰੇਡਰ ਅਤੇ ਜਾਪੀ ਦੀਆਂ ਸੈਮੀ ਫਾਈਨਲ ਅਤੇ ਫਾਈਨਲ ਦੇ ਰੇਡਾਂ ਜੱਫੇ ਮਿਲਾ ਕੇ ਫਿਰ ਬੈਸਟ ਰੇਡਰ ਅਤੇ ਜਾਪੀ ਕੱਢੇ ਗਏ ਹੈਗੇ। ਅਤੇ ਇੱਥੋਂ ਬੈਸਟ ਰੇਡਰ ਬਣੇਗਾ ਸੁਲਤਾਨ ਸਮਸਪੁਰ ਵਾਲਾ, 40 ਕਬੱਡੀਆਂ ਪਾ ਕੇ 38 ਨੰਬਰ ਲਿੱਤੇ। ਅਤੇ ਬੈਸਟ ਜਾਫੀ ਬਣੇਗਾ ਯਾਦ ਕੋਟਲੀ ਵਾਲਾ, 18 ਟੱਚ ਲੈ ਕੇ 8 ਜੱਫੇ ਲਾਏ। ਅਤੇ ਬੈਸਟ ਰੇਡਰ ਅਤੇ ਬੈਸਟ ਜਾਫੀ ਦੇ ਲਈ $500 ਦਿੱਤੇ ਗਏ ਸਨ। ਹਾਂਜੀ, ਇਹ ਸੀ ਵੀਡੀਓ ਐਡਮਿੰਟਨ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ। ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।